ਸਾਰੀਆਂ ਸਿਨੀਆਂ ਖਲੋਤੀਆਂ ਮੈਂ ਤਾਂ ਆਖਿਆ ਸੁੱਕੀਆਂ ਪਈਆਂ ਉਸ ਸੈਣ ਸਾਰੀਆਂ ਬੋਰ ਕਿਹੜੀਆਂ ਗਈਆਂ ਨਾ ਗੁਜ਼ਾਰਾ ਹੋ ਬਈ ਸੀ ਚਲੋ ਹਫ਼ਤਾ ਖੰਡ ਆ ਬਈ ਸੀ ਪਰ ਆ ਜਿਹੜੀਆਂ ਥਾਪੀਆਂ ਤੇ ਨਜ਼ਰ ਲੁੰਗੀ ਚੋਲਾ ਕੋਈ ਨਹੀਂ ਆ ਤੋਵਣ ਕਿ ਸਫਾਈ ਮੇਰੇ ਲੁੰਗੀ ਚੋਲਾ ਕਿਉਂ ਨੋ ਤੂੰ ਦੋਤਾ ਪਿਆ ਮੇਰਾ ਵੀਰਾ ਆਏ ਤੇ ਪਈਆ ਤੇ ਇਹੋ ਪਾ ਕੇ ਆ ਗਿਆ ਇਹ ਸਾਹਮਣੇ ਪਈ ਆਈ ਤੇ ਪਾ ਕੇ ਆ ਗਏ ਟਰਾਂਗੇ ਤੇ ਵੇਖਿਆ ਪੁਰਾਣੀ ਏ ਮੈਨੂੰ ਨਿੱਕੀ ਲੱਗ ਪੈਂਟ ਵੀ ਨਿੱਕੀ ਤੇ ਛੱਡ ਨਾਲ ਮਤੀ ਨੂੰ ਇੱਕ ਗੱਲ ਦੱਸਾਂ ਹਾਂ ਬੋਲ ਉਹ ਤੂੰ ਤਾਂ ਮੈਂ ਭੈਣ ਵੀਰਾ ਮੈਨੂੰ ਉਹਦਾ ਸ਼ਰਮ ਮਾਂ ਹੁੰਦੀ ਨਾ ਉਹ ਤੈਨੂੰ ਸਾਰੀਆਂ ਗੱਲਾਂ ਕਰਿਆ ਇਹ ਸੁਰਖੀ ਤੇ ਇਸ ਥਾਪੀਆਂ ਦਾ ਕਿਹੜਾ ਜੋੜ ਹੈ ਵੇ ਮੇਰਾ ਵੀਰਾ ਕੀ ਹੁੰਦਾ ਮੈਨੂੰ ਸ਼ੌਂਕ ਹੈ ਵੈਸਾ ਕਿਹੜਾ ਦਾ ਸ਼ੌਂਕ ਹੈ ਮੇਕਅਪ ਦਾ ਸ਼ੌਂਕ ਹੈ ਮੈਂ ਵੈਸਾ ਲਾ ਕੇ ਆ ਵਈ ਨਹੀਂ ਐਸੇ ਕੀ ਹੋ ਗਿਆ ਗਿਆ ਹੋਰ ਗੱਲ ਤੂੰ ਤਾਂ ਮੇਰੇ ਨਾਲ ਇਤਨਾ ਪਿਆਰ ਰੱਖਦਾ ਮੇਰੀ ਭੈਣ ਤੇ ਮੇਰੀ ਭੈਣ ਇੱਕ ਭੈਣ ਪਿਆਰ ਇੱਕ ਤੂੰ ਵਿਗੜੀ ਏ ਇੱਕ ਉਵੇਂ ਤੇ ਬਮਦਾ ਹੋਵੇ ਆ ਰੱਖ ਲੈ ਸੀਰੀ ਅੱਛਾ ਤੇ ਮੈਨੂੰ ਪਤਾ ਹੀ ਇਹੋ ਫੈਮ ਰਹਿੰਦਾ ਵੀ ਇਹ ਜਿਹੜੇ ਹੁੰਦੇ ਨਾ ਕੰਮੀ ਇਹਨਾਂ ਦੇ ਚੱਕ ਪੈ ਜਾਵੇ ਮਾਫੀ ਨਹੀਂ ਦਿੰਦੇ ਖਾਸ ਤੌਰ ਤੇ ਸੀਰੀ ਜਿਹੜਾ ਕੰਮ ਕਰਨਾ ਹੀ ਨਾ ਥਾਪੀਆਂ ਥਪਣੀਆਂ ਹੀ ਨਹੀਂ ਉਹ ਵੀ ਲਾਮੇ ਵੇ ਮੇਰਾ ਵੀਰਾ ਬੱਕਰੀਆਂ ਕਣ ਪੱਠੇ ਲੈ ਕੇ ਜਾਮਣੇ ਨਹੀਂ ਉਹਨੂੰ ਨੂੰ ਆਖਣਾ ਨਾ ਉਹਦੇ ਨਾਲ ਜ਼ਬਾਨ ਸਾਜੀ ਕਰਨੀ ਕੋਈ ਕੰਮ ਨਹੀਂ ਕਰੇਂਦੀ ਤੇਰਾ ਜਿੱਥੇ ਤੇਰੀ ਇੱਜ਼ਤ ਖਰਾਬ ਹੋਵੇ ਤੂੰ ਪਰੇਸ਼ਾਨ ਨਾ ਹੋਇਆ ਕਰ ਮੇਰੀ ਇੱਜ਼ਤ ਖਰਾਬ ਹੋਵੇ ਨਾ ਮੇਰੀ ਇੱਜ਼ਤ ਕਿਸੇ ਨਾਲ ਖਲੋਵੇ ਵੀ ਨਹੀਂ ਇਹ ਵੇਖ ਇਹ ਵੇ ਮਿੱਤਰਾ ਨਾ ਕੀਤਾ ਕਰਦੇ ਨਾ ਆਪਣੀ ਭੈਣ ਤੇ ਭਰੋਸਾ ਕਰ ਮੈਨੂੰ ਕਿਸੇ ਤੇ ਕੋਈ ਨਹੀਂ ਇਤਬਾਰ ਭੈਣ ਤਾਂ ਭੈਣ ਰਹਿ ਗਈ ਤੈਨੂੰ ਜੀ ਮੈਂ ਪਿਆਰ ਨਾਲ ਸਮਝਿੰਦਾ ਪਿਆ ਤੂੰ ਆਖ ਠੀਕ ਹੈ ਤੂੰ ਉਹ ਗੁੱਚਤਰ ਬਤਰ ਕਰਦੀ ਪਈ ਠੀਕ ਹੈ ਠੀਕ ਹੈ ਠੀਕ ਹੈ ਹੁਣ ਮੈਂ ਥਾਪੀਆਂ ਤਾਂ ਕੁੰਜਾ ਨਾਵਣਾ ਹੀ ਹੈ ਬਸ ਉਹ ਤੇਰੇ ਨਾਲ ਕੋਈ ਗੱਲ ਕਰੇ ਅਹੀਂ ਮੂੰਹ ਕਰ ਜਾਣਾ ਮੋਰ ਤੇਰੇ ਨਾਲ ਗੱਲ ਕਰੇ ਅਹੀਂ ਮੂੰਹ ਕਰ ਜਾਣਾ ਮੋਰ ਤੇਰੇ ਨਾਲ ਗੱਲ ਕਰੇ ਕੋ ਮੂੰਹ ਉੱਤੇ ਰੱਖ ਕੇ ਮਾਰੇ ਸੀਰੀ ਹੈ ਸਾਡਾ ਓਏ ਅੱਲਾ ਮੇਰੇ ਉਹ ਜੀ ਹੁਣ ਮੇਰੇ ਨਾਲ ਕੋਈ ਚੰਗੀ ਗੱਲ ਕਰੇ ਤੇ ਮੈਂ ਚੰਗੀ ਗੱਲ ਮੌਲਵੀਆਂ ਕੋਲ ਜਾ ਕੇ ਪੁੱਛ ਲਵੀ ਮੇਰੇ ਕੋਲ ਪੁੱਛ ਲਵੀ ਉਹਦੇ ਨਾਲ ਚੰਗੀ ਢੇਰ ਕਰਨੀ ਤੋਂ ਅੱਛਾ ਚਲੋ ਠੀਕ ਹੈ ਮੈਂ ਉਹਦੇ ਨਾਲ ਗੱਲ ਨਹੀਂ ਕਰੇਂਦੀ ਤੇ ਲੁੰਗੀ ਤੇ ਚੋਲਾ ਪਾ ਲਾ ਵਾਂ ਤੇ ਮੇਰੇ ਟਰਾਂਗੇ ਚ ਪੀ ਆਈ ਨਹੀਂ ਇਹ ਸਹੀ ਹੈ ਓਏ ਅੱਲਾ ਮੇਰੇ ਕਿਵੇਂ ਲੱਗਦਾ ਬੰਦਾ ਅਜੀਬ ਜਿਹਾ ਲੱਗਦਾ ਬੰਦਾ ਉਹ ਮੈਨੂੰ ਉਹ ਯਾਦ ਆ ਗਈ ਜਿਸ ਮੈਂ ਸਕੂਲ ਜਾਂਦਾ ਉਸ ਦਾ ਸੁੱਟੀਆਂ ਮਾਰੀਆਂ ਤੇ ਅੱਬਿਆ ਕਿਆ ਮੁੱਟੂ ਮਰਾਵਣ ਕਾਣ ਗੱਲਿਆ ਕੋਈ ਨਹੀਂ ਉਹ ਐਵੇਂ ਦਾ ਐਵੇਂ ਹੀ ਰਹਿ ਗਿਓ ਹੁਣ ਮੈਂ ਜਿਹੜੀ ਗੱਲ ਪੇ ਕਰਦਾ ਸੁਣੀ ਖਲੋਤੀ ਆ ਸਾਰੀ ਤੇਰੀ ਸਮਝ ਆ ਉਹ ਦੇ ਪਛਾਵੇਂ ਦੇ ਨਾਲ ਵੀ ਮੈਂ ਤੇ ਇੰਨਾ ਵੇਖ ਠੀਕ ਹੈ ਨਹੀਂ ਪਛਾਵੇਂ ਦੇ ਨਾਲ ਓਏ ਅੱਲਾ ਮੇਰਿਆ ਐਡਾ ਵਹਿਮੀ ਮੇਰਾ ਵੀਰਾ ਹੈ ਐਡਾ ਪਿਆਰ ਕਰਦਾ ਮੈਨੂੰ ਆਪਣੀ ਭੈਣ ਤੇ ਭਰੋਸਾ ਹੈ ਅੱਜ ਕਿੱਥੇ ਗਿਆ ਭਰੋਸਾ ਤੇਰਾ ਅੱਲਾ ਦੇ ਬੰਦਿਆ ਚਾਰ ਮੱਝੀ ਨਹੀਂ ਦੋ ਦਾਈਨ ਦੋ ਵੱਛੇ ਤੇ ਹਿੱਤ ਦੱਦੇ ਆ ਬਸ ਇਹਨਾਂ ਦੀ ਤਰਨੀ ਹੋਰ ਸਤੀ ਉਹ ਸਾਥਿਆ ਤਰਨਾ ਉਹ ਭਾਈ ਇੰਜ ਪਹਿਲੇ 12,000 ਤਨਖਾਹ ਦਿੰਦੇ ਨੀ ਤੁਰ ਪਾਣੀ ਦੁੱਧਾ ਦੀ ਲਾਸ਼ ਸ਼ਾਮੀ ਹਾਂ ਤੇ ਨਾਲ ਇਹ ਤੋਂ ਸੱਸਿਆ ਜੋਟੀ ਬੱਧੀ ਮੂੰ ਅਜੇ ਤਾਈ ਤਾਂ ਮੈਂ ਸੱਸਿਆ ਨਵਾਂ ਨਵਾਂ ਦੇ ਹੁਣ ਹੌਲੂ ਹੌਲੂ ਹਟਦੀ ਰਾਂਦ ਠੜਸੀ ਨਾ ਤੈਨੂੰ ਪਤਾ ਪਹਿਲੇ ਚੰਦੇ ਹੁੰਦੇ ਨੂੰ ਚਾਰ ਦਿਹਾੜੇ ਪਿੱਛੇ ਮੁੜੋ ਸੱਸਿਆ ਆਪਣੇ ਆਪ ਨੂੰ ਵੀ ਥੈਂਦੇ ਤੁੱਤਰ ਤੁੱਤਰ ਆ ਜਾਂਦਾ ਜ਼ਮੀਦਾ 12 ਵਜੇ ਹੁਣ ਤਾਂ ਮੇਰਾ ਮਰਨ ਵਾਸਤੇ ਦੇ ਲਾਂਦਾ ਪਿਆ ਚਲੋ ਠੀਕ ਹੈ ਮੈਂ ਮੋੜ ਫੋਨ ਤੇ ਰਹਿੰਦਾ ਲੈ ਤੈਨੂੰ ਮੇਰਾ ਨਾ ਦੱਲ ਸੁਣ ਉਹ ਸੱਜਦਾ ਹੈ ਇਹ ਆਖਰੀ ਸਾਡੇ ਫੋਨ ਤੇ ਦੱਲ ਹੁੰਦੀ ਪਈ ਹੋਵੇ ਪਿੱਛੇ ਸਾਰੀ ਜ਼ਿੰਦਗੀ ਨਾ ਹੋਵੇ ਮਿੱਟੀ ਦੀ ਡੇਰੀ ਦੇ ਵਿੱਚ ਲੈ ਜਾ ਸਾ ਹਵੇ ਰੋਂਦਾ ਕਿਉਂ ਪਿਆ ਹੈ ਰੋਂਦਾ ਕਿਉਂ ਪਿਆ ਥੋੜਾ ਜਿਹਾ ਇੱਥੇ ਆਵੇ ਤੇ ਤੁਸੀਂ ਮੂੰਹ ਬੜਾ ਲੁਟਾਈ ਵਦੇ ਹੋ ਮੇਰੇ ਤੋਂ ਲੁਬੋਮ ਦੀ ਪਈ ਨਹੀਂ ਤੁਹਾਡੇ ਕੋਲ ਬੋ ਨਹੀਂ ਆਉਂਦੀ ਪਈ ਮੈਂ ਵੈਸ ਤੁਹਾਡੇ ਕੋਲ ਪੁੱਛਵੇ ਤੁਸੀਂ ਰੋਂਦੇ ਕਿਉਂ ਪਏ ਹੋ ਰੋਂਦਾ ਪਿਆ ਹਿੱਤ ਬੇਵਫਾ ਨਾਲ ਪਿਆਰ ਸੀਤਾ ਉਹਨੂੰ ਹਿੱਤ ਦੇ ਉਹਨਾ ਛੱਤ ਲਿਛਦੀ ਪਈ ਆ ਸਿਆਈ ਮੌਤ ਨਹੀਂ ਮੈਂ ਬਲੇਡ ਮਾਰ ਸੇ ਆਪਣਾ ਥੂਨ ਦਿੱਤਾ ਮੈਂ ਅੱਛਾ ਮੇਰੇ ਥੂਨ ਨਾਲ ਲਿਠ ਲਾ ਮੁੜ ਹਿੱਤ ਦਿਹਾੜੇ ਹੁਣ ਥੂਨ ਦੀ ਲੋੜ ਪੈਦਾ ਹੀ ਉਹਦੇ 'ਚ ਥੂਨ ਮੌਤ ਦਿਆ ਮੈਂ ਆਪਣੇ ਦੋਡੇ ਦੇ ਵਿੱਚ ਥੂਨ ਧੜ ਤੇ ਦਿੱਤੀਆਂ ਤਰਾਏ ਬੋਤਲਾਂ ਜਦੋਂ ਸਹੀ ਉਹਦੇ ਮੇਰਾ ਦੋਸਤ ਸੁਣਦੇ ਪਏ ਹੋ ਜਾਂ ਤੋਈ ਨਾ ਮੈਨੂੰ ਪਤਾ ਲੱਗਾ ਬਈ ਉਹਦਾ ਨਿਤਾ ਹੋ ਗਿਆ
मैं रो रो ते उठे ही मैं छोड़ दिता अथीरी मैं अथिया मैं अथे दे विच मथा नहीं रहना दुखी बंदा दुखी दुखी अच्छा अच्छा खैर मैं अथिया मैं उठे दे विच थोड़ा जे इथे नाल ला लो दोस्त सुन लो मैं अथे उठे दे विच मैं नहीं रहना मेनू तेरी लोड़ है उठे रहण दी ते हुण तां मथा हाथ लावण दे दुखी बंदा अच्छा हां ते मैं अथिया भाई मैं इथे हले दस मदरू तेरा बिरा तेनू थी समझ आइंदा पिया ओ आंदा पिया आई भाई मैं नवा सिरी रखया ते ओदे नाल बोली छोली ना पियो कोई गल करी ओ ते नाल गल करे तू दूए पास मुंह कर गई कर ते त्री दफा गल करे ते मुंह उत्ते रख के मारी ए ओ पियांदा हां वेख ला मैं तेडा सथया ए ओदा थैर साऊ हला दल सुन मैं ना आज थाल लेण जावे ना बसारू दुथी बंदा लमे पवण देओ बराती हां पर लाए थे उसा ताशा न ताशा चौथा बस मेरे जितना हो जावे जितना दो एक किलो भीड़ जासो नहीं नहीं दो एक किलो नहीं थोड़ा जी हो जावे किलो है इतना है माशाल्लाह थोड़े तो हाथ बड़े सोने दुथियां नु हाथ लाई रखे तरो दुथियां बंदियां दा ना इन्हें समझो ए इलाज माशाल्लाह है ठीक हो गया कट तू इतने क्यों बैठी थक भैया मो अस्सलाम वालेकुम मैं दूध पेंदा बदाम दाई नु ती डाला जी सद मारिया ने अच्छा भाई मैं घर वैंदी पई रोटी तेरी बो के स्कूल को मंदी पई बहु नहीं तो आप पे काफी दी सीरी होवे तो कोई शर्म आई यार लेट के क्यों बैठी ओन में बैठी हम क्यों बैठी घर जा के बा थक्की बदी हम तू थकावट घर ला अच्छा चलो ठीक मैं वैंदी पई इंशाल्लाह पीड़ पवी मेरा बिरा सही हो कमान बहन ते रखी और तू की की करदा मैं दूध पेंदा बदम तू दूध केनु अपना दान अच्छा दसो मैं एवें लगा भी तू मैनू ना बदतमीजी की मेरे नाल या करनी आई नहीं नहीं मैं थे उतर नहीं मैनू एवें लगता है भी तू या मेरे नाल बदतमीजी कर लईए या तो मेरे नाल करनी है मेरा सरदार मैं तेरी बदतमीजी कर अच्छा ये दसो राती तेरे मैं दो त्राए साध मारे ते मुड़ वलदा ही अटके कोई नहीं तो है वलदा ही अटके कोई नहीं तो राती अपना राती मोड़ में साए दे उस समय ये सही तेनू मैं त्राए चार साध मारे ते मोड़ तू सीरी है के मैं तेरा सीरी हां जी मैं तो हाथ उतर जा एडा तो सोई नहीं लिया जेडा तू सी मैं मरेंदे पर बकवास करदा है गु मैं खा बे चिते साध मारा तू जी करी जी अई करने वे दा ठोट तू है कमेड़ा ओ रेठ के बैठी आ ये गूत इस किस गांड नो माज नहीं बते हो गूत तो पेंदे कोई नहीं दिया दिमाग ही खरा भैन डक्का के सीरी डक्का ये भी त्रै चार लाख लाए के घर गली खोट मुक लगी ओ दे जाके खात मंजी क्यों मैं तो झाड़ू लावना क्योंकि तेरे यार मकान साडे कोल किराया दा है को तेरे प्यो दा नहीं मेरे किराया दा नहीं जावण दी लोड कोई नहीं समझ आई जेडी गल करनी डायरेक्ट मेन गल कर मेरे मां प्यो ना गया का तेरे कदी मां प्यो में गई हां मेरे माँ प्यो लाई गल्ला ना कर वाली मजी ते चा दे तू निकल झाड़ू दे अगर मैं गलू थे ना जाला दमी ना तू और मैं ना लू थे मरे से हां अगे बंदा दिमाग खराब है काम शाम लबदा कोई नहीं पिया तू तो सिर खा धोया दिमाग तो है मेरा खराब कीता ओन ते होड़ रोक लब नहीं गया चंगा भला थे काम करदा है चार आ ने ढी भी जांदे है शाम दा दूध भी ढी जांदा पर तेन ता बीमारी पई सानू ही काम लब जैसी गया हां साडा राम कोई मार नहीं गया रोटी दे मैं ना अजे तई भूख खई हैं खादी मैं कदो मुझे रसन खा के भाग गया हाला मोर मुझे रसन खा के भाग गया कोई टाइम को नहीं अब मंजी चाहते तू निकला निकाल ओ एक मिनट झाड़ू लेके ना किधर जा मैं झाड़ू देवना है और
ਰਵਾਂ ਮੈਨੂੰ ਹੋਰ ਵੀ ਕੰਮ ਹੈ ਨੋ ਮੰਜੀ ਚਾਹ ਤੇ ਉੱਥੇ ਜਾ ਕੇ ਘਾਤ ਆਪਣੀ ਮੰਜੀ ਵਗ ਜਾਣਾ ਪਹਿਲੇ ਮੈਂ ਕਿ ਰੋਟੀ ਲਾਇਆ ਕੋਈ ਰੋਟੀ ਛੋਟੀ ਨਹੀਂ ਪਹਿਲੇ ਮੈਂ ਕੰਮ ਕਰਦਾ ਤੂੰ ਮੈਨੂੰ ਇਹ ਦੱਸ ਵੀ ਤੂੰ ਉਹਨਾਂ ਦਾ ਕੰਮ ਜੋ ਛੱਡ ਕੇ ਆ ਗਿਆ ਤੈਨੂੰ ਕੀ ਮਿਲਿਆ ਤੂੰ ਤੇ ਉਸ ਟਾਈਮ ਬੜੀ ਉਹਨਾਂ ਦੇ ਨਾ ਮੈਂ ਕੋ ਨਹੀਂ ਕਰਨਾ ਕੰਮ ਮੁੱਕ ਤੇ ਇਹ ਦੱਸ ਤੂੰ ਚਿਲੂ ਚਿਲੂ ਸੁਣੀ ਰੱਖਾ ਮਿੰਟ ਮਿੰਟ ਬਾਅਦ ਜਿਹੜੀ ਹੋਈ ਬਸ਼ਲ ਬਸ਼ਲ ਲੈ ਰੱਖਦਾ ਬਹੁਤ ਚੰਗੀ ਗੱਲ ਆ ਹਲਾ ਉਹਦੀ ਉਹ ਤੇ ਹਰ ਕੋਈ ਕਰੇਂਦਾ ਉਹ ਵੱਖਰੀ ਨਾ ਕਰੇਂਦਾ ਮੈਂ ਉਹਦੇ ਕੋਲ ਕੋਈ ਨਹੀਂ ਕਰਨੀ ਕਰ ਲਈ ਸਾਂ ਤੂੰ ਤੇ ਉੱਥੇ ਬਹਿ ਕੇ ਕੰਮ ਕਰਨਾ ਇੱਕ ਕੁਰਸੀ ਹੋਵੇ ਤੇਰੇ ਕੋਲ ਇੱਕ ਪੈਨ ਹੋਵੇ ਤੂੰ ਸਿਰਫ ਆਰਡਰ ਦਿੰਦਾ ਹੋਵੇ ਆ ਵੀ ਕੰਮ ਕਰ ਲਵੋ ਆ ਵੀ ਕੰਮ ਕਰ ਲਵੋ ਤੇਰੇ ਕੇ ਰੋਟੀ ਵੀ ਆਈ ਪਈ ਹੋਵੇ ਚਾਹ ਵੀ ਆਈ ਪਈ ਹੋਵੇ ਬਸ ਤੇ ਨਹੀਂ ਹੋ ਜਾ ਕੰਮ ਚਾਹੀਦਾ ਹੀ ਹੋ ਜਾ ਕੰਮ ਨਹੀਂ ਕਰੀ ਹੋ ਜੀ ਸ਼ੱਕਾ ਨਹੀਂ ਵੈਸ਼ਲ ਵੈਸ਼ਲ ਕਰੇਂਦੀ ਹੈ ਨਾ ਤੇ ਅਕਲ ਵਤਰੀ ਵਾਂਗ ਜ਼ਬਾਨ ਚਲਦੀ ਹੈ ਇਤਨੀ ਪਿਆਰ ਦੀ ਕਰ ਲਵਿਆ ਨਾ ਤੇ ਰੱਬ ਰੰਗ ਲਾ ਛੱਡਿਆ ਤੂੰ ਮੇਰੇ ਸੁੱਖ ਦਿੱਤੇ ਹੋਏ ਹੁੰਦੇ ਨਾ ਕਿਹੜਾ ਪਿਆਰ ਮੈਂ ਕਰਾਂ ਪਿਆਰ ਤੂੰ ਕਰੇ ਆ ਪਿਆਰ ਦੀ ਆਈ ਤਾਂ ਕੀਤੀ ਹੈ ਕੰਨੀ ਵੀ ਨਹੀਂ ਕਿਉਂਕਿ ਤੂੰ ਇਸ ਕਾਬਿਲ ਹੀ ਨਹੀਂ ਹਲਾ ਤੂੰ ਲੈਟਰੀਨਾ ਧੋਤੀਆਂ ਕਰ ਤੂੰ ਧੋਤੀਆਂ ਕਰ ਤੂੰ ਧੋਤੀਆਂ ਕਰ ਤੂੰ ਜਿਹੜਾ ਪੀ ਗੱਲਾਂ ਕਰੇ ਨਾ ਤੂੰ ਆ ਵੇਖ ਕੇ ਹੀ ਹੋ ਜਾ ਘਰ ਹੈ ਸਾਡਾ ਜੇ ਅੱਲਾ ਦੇ ਰਾ ਸੀ ਸਾਨੂੰ ਦੇ ਰਾ ਸੀ ਮੈਂ ਲੱਗੋ ਆ ਕੰਮ ਤੇ ਬਗੈਰ ਨਾ ਵਾਲੇਕੁਮ ਅਸਲਾਮ ਸਿਮਰਨ ਕੀ ਹਾਲ ਹੈ ਠੀਕ ਠਾਕ ਮੇਰੀ ਭੈਣ ਠੀਕ ਹੈ ਤੇ ਕੀ ਰੋਲਾ ਪਾਇਆ ਹੋਇਆ ਹੈ ਮੇਰੀ ਭੈਣ ਆ ਕੰਮ ਛੱਡ ਕੇ ਆ ਗਿਆ ਤੇ ਖੋਲਿਆਂ ਦੇ ਵਿੱਚ ਅਸੀਂ ਅੱਗੇ ਬੈਠੇ ਹੋਇਆ ਰੋਟੀ ਪਾਣੀ ਤੋਂ ਅੱਗੇ ਅਸੀਂ ਤਾਂ ਅੰਗਜ ਚਾਰ ਆਨੇ ਉਹਦੋਂ ਲੈ ਆਂਦਾ ਦੋ ਟਾਈਮ ਤੇ ਮੈਂ ਰੋਟੀ ਬਣਾ ਪਾਂਦਾ ਹੁਣ ਅਸੀਂ ਉਸ ਤੋਂ ਵੀ ਗਏ ਕੋਈ ਨਹੀਂ ਮੇਰਾ ਪੁੱਤ ਪੜੀ ਖਲੋਤਾ ਹੈ ਨਾ ਹਾਂ ਅਈਓ ਸਾਲ ਉਹਦੇ ਕੋਲ ਹੈ ਪੜਾ ਬਣਾ ਪੇਪਰ ਦਿਵਾ ਕੇ ਰਮਜ਼ਾਨ ਸ਼ੂਗਰ ਮੇਲੇ ਜੋ ਨੌਕਰੀ ਕਲਵਾ ਸਕਦਾ ਹਾਂ ਚੁੱਪ ਕਰੇ ਨਾ ਕੀ ਹੋਇਆ ਹੈ ਨਾ ਸੋੜਦਾ ਤੂੰ ਨਾ ਪਰੇਸ਼ਾਨ ਹੋ ਹਾਂ ਤੇਰੀ ਮਾਂ ਰੋਲਾ ਮੇਰਾ ਪੁੱਤ ਪਾਈ ਹੋਤੀ ਮੈਂ ਕੀ ਆਪਾਂ ਬਣਾ ਕੱਪੜੇ ਦਵਾ ਲੈਨੀ ਆ ਹਾਂ ਉਹ ਪਈ ਹੀ ਮੋਟਰ ਚਲਦੀ ਠੀਕ ਹੈ ਤੇ ਮੇਰੀ ਗਾਡੇ ਕੱਪੜਿਆਂ ਦੀ ਐ ਪਈ ਉਹ ਦੋ ਚਾਰ ਤੇ ਤੈਨੂੰ ਖਰਚਾ ਪਾਣੀ ਵੀ ਦੇਸਾਂ ਜਾਂ ਤੇ ਰੋਟੀ ਵੀ ਲਈ ਆਵੀਂ ਠੀਕ ਹੈ ਸਾਡੇ ਘਰ ਪਕਾ ਕੇ ਆ ਜਾਵੀਂ ਮੋੜ ਹੁਣੇ ਅੰਦੀ ਪਈ ਆ ਠੀਕ ਹੈ ਮੇਰਾ ਵੀਰਾ ਸਵਾਣੀ ਨੂੰ ਗਾਲ ਛੱਡ ਦੇ ਗਿੱਟਿਆਂ ਤੇਰੀ ਸ਼ਾਬਾਸ਼ ਹੈ ਹੁਣ ਘਰ ਬਵਿਆ ਪਿਓ ਪੁੱਤ ਦੋਵੇਂ ਤੇ ਮੈਂ ਕਮਾ ਕੇ ਲੈ ਹੁਸਾ ਤੁਸੀਂ ਦੋਵੇਂ ਖਵਿਆ ਕੋਈ ਨਾ ਮਰ ਜਾਵੇ ਮੇਰਾ ਪੁੱਤਰ ਰੋਲਾ ਢੇਰ ਸਾਰਾ ਹੁਣ ਇਹ ਜੋ ਕੰਮ ਛੱਡ ਕੇ ਆ ਗਿਆ ਚੌਥਾ ਪੰਜਵਾਂ ਦਿਹਾੜਾ ਹੈ ਘਰ ਜਾਂਦਾ ਹੈ ਕੰਮ ਤੇ ਇਸ ਕੋਈ ਨੂੰ ਕੰਮ ਕਰਨਾ ਹੈ ਮੇਰੇ ਪਾਰੇ ਤੇ ਬੈਠਾ ਹੈ ਆਦਾ ਮੇਰੀ ਘਰ ਵਾਲੀ ਪਤਾ ਨਹੀਂ ਕਿਹਦੇ ਕਿਹਦੇ ਨਾਲ ਰਲੀ ਹੋਈ ਹੈ ਮੇਰੇ ਬੈਲੀ ਲੱਪੜ ਕਾਣ ਬੈਠਾ ਹੈ ਇਹ ਮੇਰੀ ਬਣੀਂਦੀ ਪਈ ਇੱਜ਼ਤ ਤੇ ਤੇਰੀ ਇੱਜ਼ਤ ਬਣੀਂਦੀ ਪਈ ਹੈ ਮੇਰਾ ਪੁੱਤਰ ਜਵਾਨ ਹੈ ਇਹ ਹੁਣ ਜਾਵੇ ਉਹਨਾਂ ਦੇ ਕੱਪੜੇ ਦੋਵੇਂੋਂ ਇੱਕ ਦਿਹਾੜੀ ਭੁੱਖਿਆ ਨਹੀਂ ਸਰਵਿੰਦੀ ਪਈ ਭਾਈ ਨਹੀਂ ਨਹੀਂ ਉਹ ਜਿੱਥੇ ਕੰਮ ਕਾਣ ਆਖਣਾਈ ਤੇਰੇ ਮੂੰਹ ਚੇ ਤੇ ਨਹੀਂ ਫੁੱਟੀ ਆਏ ਵੀ ਇਸ ਕੋ ਨਹੀਂ ਆਵਣਾ ਤੂੰ ਜਵਾਬ ਦੇਣਾ ਮੈਂ ਜਵਾਬ ਦੇਣਾ ਹਾਂ ਤੂੰ ਜਵਾਬ ਦੇਣਾ ਹੁਣ ਨਾ ਜਾ ਮਰ ਜਾਵੇ ਮੁੜ ਕੰਮ ਨਾ ਕਰੇ ਤੇ ਤੂੰ ਮੇਰੇ ਘਰੇ ਬੈਠਾ ਨੂੰ ਹੋਇਆ ਹੁਣ ਮੈਂ ਜਾਣਾ ਸੀ ਤਾਂ ਆਪਣੇ ਘਰ ਅੱਲਾ ਮੈਂ ਜਾਂਦਾ ਪਿਆ ਕੰਮ ਤੇ ਠੀਕ ਹੈ ਨਾ ਮਗਰੂਰ ਮੈਂ ਉਹ ਸਲੋ ਸਜੇ ਸੇ ਮੇਰੇ ਕੋ ਕੰਮ ਦਿੰਦਾ ਲੱਦਾ ਬਿਸ਼ੱਕ ਦਾ ਦੇਣਾ ਘਰ ਆ ਸੁੱਖ ਦੇ ਤੇ ਮੈਂ ਅੱਲਾ ਮੈਂ ਤੂੰ ਮੇਰਾ ਪੁੱਤਰ ਬਹੁਤ ਤੇਰਾ ਪਿਓ ਆਦਾ ਪਿਆ ਕਿ ਮੈਂ ਇਹੋ ਸਾਲ ਕਰਵਾਉਣਾ ਪੜ੍ਹਾਈ ਦਾ ਤੇ ਮੈਂ ਸ਼ੂਗਰ ਮੇਲੇ ਛਾੜਿਆ ਤੂੰ ਪੜ੍ਹਨਾ ਹਾਂ ਮੈਂ ਤੇ ਪੜ੍ਹਨਾ ਹਾਂ ਤੱਕ ਮੇਰੇ ਚੁੱਕੇ ਛੱਡੋ ਤੁਸੀਂ ਆਪ ਸਿੱਧੇ ਹੋ ਅਸੀਂ ਸਿੱਧੇ ਤੇ ਮੈਂ ਪੜ੍ਹੇ ਸਾ ਤੇਰਾ ਖਰਚਾ ਪਾਣੀ ਸਾਰਾ ਕੁਝ ਸੁਕਾ ਕਰ ਲੈ ਸਾ ਪੜ੍ਹਾਈ ਨਾ ਇੱਕ ਵਾਰੀ ਛੱਡੀ ਅੱਛਾ ਠੀਕ ਹੈ ਤੇ ਮੈਂ ਸੋਣਾ ਅਫਸਰ ਬਣਾਵਣਾ ਠੀਕ ਹੋ ਠੀਕ ਹੋ ਹੁਣ ਮੈਂ ਕੰਮ ਕਰ ਕੇ ਕੱਪੜੇ ਇੱਥੋਂ ਸੱਤਿਆ ਮੇਰਾ ਪਿਟੋਤ ਜੀ ਆ ਬੜਾ ਆਇਆ ਓਏ ਹੋਏ ਓਏ ਬਿਸਮਿਲਲਾ ਓਏ ਬਿਸਮਿਲਲਾ ਤੀ ਬਣਿਆ ਨਸਾ ਉਹਦੀ ਜੁਰਤ ਤੇ ਹੱਥ ਧਾਰੀ ਤੈਨੂੰ ਜਾਵਣ ਹਾਂ ਉਹ ਆਂਦਾ ਧਾਰੀ ਤੇ ਨਾ ਗਈ ਕਰ ਹਾਂ ਅੰਦਾ ਮੈਨੂੰ ਨਾ ਰਾਤ ਦੀਆਂ ਨਾ ਕੁਝ ਆਤਾਂ ਚੰਗੀਆਂ ਤੂੰ ਉਹਨੂੰ ਆਥੋ ਰਾਤ ਨਹੀਂ ਹੁਣ ਆਸ ਤੇਰਾ ਹੋਣ ਵਾਲਾ ਬਣਵਈਆ ਉਹਨੂੰ ਇਹੀ ਦਲ ਤੁਰ ਨਹੀਂ ਆਈ ਮੈਂ ਅਜੇ ਉਹਨੂੰ ਕੋਈ ਗੱਲ ਨਹੀਂ ਕੀਤੀ ਤੈਨੂੰ ਪਤਾ ਤਾਂ ਹੈ ਮੈਂ ਸੱਚ ਹੋਰ ਆ ਨਾ ਤਪੜੇ ਛਪੜੇ ਬਾਨ ਨਾ ਤਿਦਾਂ ਹੀ ਉਹ ਸਲਾਮੇ ਨਿਚਲੀ ਹੈ ਜਿਹਦੇ ਹਵਾ ਹੀ ਨਾ ਸਾਡੀ ਆਵੇ ਦੋ ਮਨ ਵੇ ਹਾਂ ਮੈਂ ਆਨੀ ਆ ਸਾਡੇ ਪਿਆਰ ਨੂੰ ਨਾ ਹਾਂ ਨਹੀਂ ਕੋਈ ਨਾ ਲੱਗੇ ਨਾ ਕੋਈ ਬਦਨਾਮ ਕਰੇ ਮੈਂ ਨਹੀਂ ਪਿਆਰ ਤੇ ਪਿਆਰ ਦੇ ਵਿੱਚ ਸਸਿਆ ਲੀਤਾ ਨਹੀਂ ਲਦੀਆਂ ਸਭ ਤੋਂ ਵੱਡੀਆਂ ਬਦਨਾਮੀਆਂ ਹੀ ਪਿਆਰ ਦੀਆਂ ਹੁੰਦੀਆਂ ਨੇ ਮੈਂ ਨਹੀਂ ਇੱਜ਼ਤ ਦਾ ਪਿਆਰ ਹਾਸੋ ਉਹ ਇੱਜ਼ਤ ਤੂੰ ਵੀ ਪਰਦਾ ਲਾ ਜਾਂਦਾ ਹੀ ਜਦੋਂ ਪਿਆਰ ਵਾਲੇ ਪਾਸੇ ਬੰਦਾ ਪੁੰਮਦਾ ਹੀ ਉਹ ਸਸਿਆ ਦਰਿਆ 'ਚ ਬੰਦਾ ਜਦੋਂ ਸਸਿਆ ਲਾਤ ਰੱਥ ਲੈ ਮੁੜ ਫਿਰ ਤਾਂ ਤੂੰ ਸਿਆ ਡਰਨਾ ਗੱਲ ਸੁਣ ਭਾਈ ਗਿਆ ਕਿਤੇ ਹੈ ਗਿਆ ਕਿਤੇ ਇੱਥੇ ਹੀ ਤੇ ਨਹੀਂ ਵਧਾਉਣਾ ਤੂੰ ਛੱਡ ਵਿਦਾਨ ਮੈਂ ਤਾਂ ਐਸਾ ਲੱਦ ਰਿਹਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਪਏ ਸੋਹਣਾ ਲੱਦ ਰਿਹਾ ਇਹ ਬੇੜੀ ਬੁੱਢ ਗਈ ਇਹਨੂੰ ਕੱਢਣਾ ਹੀ ਪਵਣਾ
ਲੈਂਦਾ ਮੇਰੀ ਭੈਣ ਨੂੰ ਕੰਨੇ ਤੇ ਲੱਤ ਰੱਖ ਕੇ ਇਸ ਕੋਲ ਟੱਕੇ ਵੀ ਲੈਂਦਾ ਪਰ ਨਹੀਂ ਟੱਕੇ ਮੰਗਾ 6 ਮਹੀਨੇ ਹੋਰ ਕਿ ਦਿੰਦੇ ਮੈਂ ਹਜੇ ਦੇ ਨਾਲ ਮੁੱਕ ਲੈਂਦਾ ਨਹੀਂ ਦੇਵਰ ਨੂੰ ਯਾਰ ਆਖੋ ਬਈ ਇਹ ਆ ਕੇ ਚੁੱਗੇ ਨਾ ਜ਼ਿਆਦਾ ਪਕਦਾ ਜਾਂਦਾ ਮਟਰ ਯਾਰ ਮੈਂ ਵੇਖ ਫੇਰ ਕੇ ਸਾਰਾ ਵੇਖ ਕੇ ਖਲੋਤਾ ਓਏ ਹੋਰ ਨਾ ਆ ਚਲੋ ਕੱਲ ਤੂੰ ਲੇਬਰ ਲਾਇਆ ਲੱਗ ਜਾ ਮੈਨੂੰ ਠੀਕ ਹੈ ਠੀਕ ਹੈ ਬਿਲਕੁਲ ਠੀਕ ਠਾਕ ਕਿਤੇ ਜਾਊਂਗਾ ਮੋਟਰ ਨਾਲ ਜਾਊਂ ਇਹ ਕੰਮ ਨੂੰ ਕਰਿੰਦਾ ਕਰਸੇ ਦੱਸੇ ਤਾਂ ਕਿਸੇ ਨਾ ਪੱਕੀ ਗੱਲ ਹੈ ਜੇ ਤੂੰ ਮੇਰਾ ਕੰਮ ਕੀਤਾ ਨਾ 50 ਰੁਪਈਆ ਤੈਨੂੰ ਦੇ ਚੱਲ ਸਕਦਾ ਹੈ ਕਰਸੇ ਜੀ ਇਹ ਮਾਂ ਨੂਰ ਨਹੀਂ ਹਾਂ ਜਾਣਦਾ ਹੈ ਨਾ ਹਾਂ ਉਹਨੂੰ ਜਾ ਕੇ ਆਖੋ ਪਿਆ ਮਨ 6 ਰੁਪਿਆਂ ਦਾ ਇਹੀ ਮਟਰਾਂ ਨਾਲ ਤਾਂ ਫੇਰਾ ਲਾ ਜਾ ਅੱਛਾ ਠੀਕ ਹੈ ਤੂੰ ਇਹ ਸੁਨੇਹਾ ਦੇ ਕੇ ਵਾਪਸ ਆਉਣਾ ਇੱਥੇ ਹੀ ਵਧਾ ਮੈਂ ਆ ਮਟਰਾਂ ਕੋਲ 50 ਰੁਪਈਆ ਤੈਨੂੰ ਦੇ ਠੀਕ ਹੈ ਚੰਗਾ ਇਹ ਬਾਲ ਨੂੰ ਕੀ ਸ਼ੈਤਾਨੀਆਂ ਲੈਂਦਾ ਖਲੇ ਕਿਹੜੀ ਗੱਲ ਉਹਨੂੰ ਕਰੇਂਦਾ ਖਲੇ ਇਹਦਾ ਤਾਂ ਪਤਾ ਕਰਨਾ ਪਊ ਸੀ ਜਿਹੜੀਆਂ ਅੱਜ ਕੱਲ੍ਹ ਗੱਲਾਂ ਨੂੰ ਲੱਗੋ ਹੋਇਆ ਔਰ ਆ ਕੱਕ ਗੱਲ ਸੁਣੇ ਨਾ ਕੀ ਆ ਮੇਰਾ ਘਰ ਵਾਲਾ ਜਿਹੜਾ ਆ ਮਸ਼ੇਰ ਹੈ ਜਿਹੜਾ ਤੇਰੇ ਕੋਲ ਖਲੋਤਾ ਹੈ ਉਹ ਤਾਂ ਕੀ ਆਂਦਾ ਪਿਆ ਇਹਦਾ ਵਿਆਹ ਵੀ ਮਾਨੂਰ ਨਹੀਂ ਹਾਂ ਮਾਨੂਰ ਬਗੜੀ ਹਾਂਜੀ ਔਰ ਆ ਵਿਆਹ ਉਹਨੂੰ ਆਖੀ ਵੀ ਜਿਹੜਾ ਨਾ ਮਟਰਾਲ ਫੇਰਾ ਦਾ ਇੱਕ ਵਾਰੀ ਮਾਰੇ ਮਟਰਾਲ ਫੇਰਾ ਮਾਰੇ ਕੀ ਆਖਣਾ ਸੋ ਉਹਦਾ ਗਾ ਤਾਂ 50 ਰੁਪਇਆ ਦੇਸਾਂ ਹਾਂ ਕੌਣ ਸਾਲ ਲਿਆ ਕੱਲ ਸੁਣ ਲਾ ਹੁਣ ਮੇਰੀ ਜੀ ਤੈਨੂੰ ਉਹ 50 ਰੁਪਏ ਦੇ ਸੀ ਨਾ ਮੈਂ ਤੈਨੂੰ 100 ਰੁਪਏ ਦੇ ਸਾਂ ਤੋਏ ਪਤਾ ਮਾਨੂਰ ਨੂੰ ਜਾ ਕੇ ਕੀ ਆਖਣਾ ਕਿ ਆ ਮੈਂ 6 ਰੁਪਏ ਆਂਦਾ ਹੈ ਇੱਦੇ ਅਗਰ ਤੂੰ ਮਟਰਾਂ ਦੇ ਲੱਗੀ ਹੋ ਨਾ ਮੈਂ ਤੇਰੀ ਨੱਤਾ ਬਾਂਝ ਜਾਣੀ ਠੀਕ ਹੈ ਤੇ ਮੈਂ ਤੈਨੂੰ 150 ਦੇ ਛੱਡਾਂ ਠੀਕ ਹੈ ਜੇ ਤੂੰ ਠੀਕ ਠੀਕ ਉਹਨੂੰ ਗੱਲ ਕੀਤੀ ਤਾਂ ਜਾ ਕਾਕਾ ਵਗ ਜਾ ਅੱਜ ਤਾਂ ਮੈਂ ਸ਼ੇਰ ਤੇਰੀ ਖੈਰ ਨਹੀਂ ਹੈ ਮੈਂ ਤੇਰੇ ਕੋਲ ਤਾਂ ਪੁੱਛਣੀ ਹੈ ਵੀ ਤੇ ਕਰੇਂਦਾ ਕੀ ਖਾਣਾ ਮੈਨੂੰ ਤਾਂ ਗੱਲ ਦਾ ਪਤਾ ਲੱਗ ਗਿਆ ਨਾ ਗਿਆ ਇਸ ਹੁਣ ਤਾਂ ਹੀ ਕਾਜ ਨਹੀਂ ਆਈ ਅਪੜਿਆ ਕੋਈ ਨਹੀਂ ਯਾ ਕੀ ਰੋਲਾ ਆ ਜਾਣਾ ਚਾਹੀਦਾ ਕਿਉਂ ਨਹੀਂ ਆਉਂਦੀ ਪਈ ਪਤਾ ਨਹੀਂ ਪਤਾ ਕਰਾਂ ਨਹੀਂ ਮੇਰਾ ਚਾਹ ਮੈਂ ਆਈ ਖਲੀ ਆ ਕੀ ਆਈ ਖਲੀ ਆ ਤੂੰ ਮੈਨੂੰ ਵੇਖ ਕੇ ਬੜੀ ਖੁਸ਼ੀ ਹੋ ਰਹੀ ਸੀ ਤੈਨੂੰ ਹਨਾ ਇੰਤਜ਼ਾਰ ਮੇਰਾ ਕਰੇਂਦਾ ਬੈਠਾ ਨਹੀਂ ਉਹ ਆਏ ਨਾ ਸਿਗਨਲ ਕੇ ਨਾ ਨੰਮਦੇ ਪਏ ਮੈਂ ਪਤਾ ਨਹੀਂ ਕਿਉਂ ਨਹੀਂ ਆਉਂਦੀ ਪਈ ਸਰਵਿਸ ਉਹ ਹਲਾ ਮੈਨੂੰ ਇੱਕ ਗੱਲ ਦੱਸ ਹਾਂ ਜਿਹੜਾ ਛੂਰੇ ਪਿਆ ਇਹਨੂੰ ਤੂੰ ਕਿਹੜੀ ਗੱਲ ਕੀਤੀ ਹਾਂ ਨਿੱਕੂ ਹੁਣ ਮੈਂ ਆਖਿਆ ਮੇਰਾ ਪੁੱਤਰ ਹੁਣੇ ਲਾ ਆਪਣੀ ਆਦਤ ਬਣਾ ਲਾ ਬਈ ਮਸਜਿਦ ਚ ਗਿਆ ਕਰ ਨਮਾਜ਼ ਪੜ੍ਹੀ ਕਰ ਤੇ ਸਕੂਲ ਟਾਈਮ ਨਾਲ ਗਿਆ ਕਰ ਅੱਜ ਛੁੱਟੀ ਮਾਰੀ ਵਧਾ ਕੋਈ ਨਾ ਸਕੂਲ ਗਿਆ ਉਹ ਉਹਨੂੰ ਸਮਝਾਇਆ ਮੈਂ ਆਖਿਆ ਇਹ ਉਮਰ ਹੀ ਉਹਨੂੰ ਕਰਕੇ ਮੇਰੇ ਨਾਲ ਗੱਲ ਕਰੇ ਤੂੰ ਤਾਂ ਜਿਹੜਾ ਪੜ੍ਹ ਲਿਖ ਲਿਆ ਨਾ ਤੇ ਦੂਵੇਂ ਨੇ ਮੱਤੀ ਨਾ ਦੇ ਉਸ ਨੂੰ ਮੈਂ ਲਿਆ ਛੂਰ ਨੂੰ ਨੱਪ ਤੇ ਉਸ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਦੱਸ ਛੜੀਆਂ ਜਿਹੜਾ ਉਹਨੂੰ 50 ਰੁਪਏ ਦੇ ਕੇ ਤੇ ਨੂਰੋ ਦਰ ਗਲਿਆ ਗਿਆ ਤੇ ਆ ਨੂਰੋ ਵਾਲੇ ਖਾਂ ਛੱਡ ਦੇ ਨੂਰੋ ਨੂੰ ਤਾਂ ਮੈਂ ਕੋਈ ਨਹੀਂ ਜਾਣਦਾ ਤੇ ਨਾ ਮੈਂ ਨੂਰੋ ਨਹੀਂ ਉਹ ਜਾਣਦਾ ਤੇ ਉਸ ਮੈਨੂੰ ਸਾਰੀ ਗੱਲ ਦੱਸ ਛੱਡੀ ਤੇ ਗੱਲ ਸੁਣ ਲੈ ਜਿਹੜੀ ਤੂੰ ਇੰਤਜ਼ਾਰ ਕਰੇਂਦਾ ਬੈਠਾ ਨਾ ਉਹਦੇ ਦਰ ਮੈਂ ਸਨੇਹਾ ਕਲਿਆ ਕਿ ਜੇ ਐਦਾਂ ਲੱਗਿਓ ਨਾ ਤਾਂ ਮੈਂ ਤੇਰੀ ਲੱਤ 'ਚ ਫੇਰ ਮਰਵਾ ਛੱਡਣਾ ਹੈ ਤੇ ਅੱਜ ਤੋਂ ਬਾਅਦ ਤੈਨੂੰ ਮੈਂ ਕਿਸੇ ਨਾਲ ਨਾ ਵੇਖਾ ਤੂੰ ਮੇਰੇ ਸਨੇਹ ਦਿੰਦਾ ਵਾ ਵੇਖਣ ਵਾਲੇ ਕੀ ਆਖਣ ਗਏ ਚੰਗੀ ਬਲੀ ਮੇਰੀ ਇਲਾਕੇ ਤੈਨੂੰ ਤਮੀਜ਼ ਬੜੀ ਹੈ ਤੈਨੂੰ ਬੜੀ ਹੈ ਜਿਹੜੀ ਪਰਾਈ ਦਾ ਨਾਂ ਸਦਵਾਈਨਾ ਕਿਹੜੀ ਸ਼ਾਹ ਦੀ ਕਮੀ ਹੈ ਮੇਰੇ 'ਚ ਕੈਲਸ਼ੀਅਮ ਦੀ ਕਮੀ ਹੈ ਤੇਰੇ ਚੱਲ ਤੇਰੀ ਤਾਂ ਮੈਂ ਘਰ ਜਾ ਕੇ ਰਹਿ ਮੇਰੀ ਜੁੱਤੀ ਕਿਤੇ ਖੱਤੀ ਆਈ ਔਰ ਚਾਹ ਦੇ ਮੈਨੂੰ ਪਾਲਾ ਤੋਂ ਦੋਮਾ ਤੇ
ਕਿਹੜੀ ਸ਼ਾਇਦ ਪੈਸੇ ਲੈਣਾ ਮੇਰੇ ਕੋਲੋਂ ਹੈ ਤੈਨੂੰ ਕਿਉਂ ਰੱਖਿਓ ਯਾਰ ਪੱਠਿਆਂ ਤਾਂ ਰੱਖਿਓ ਪੱਠੇ ਵਿੱਚ ਹੈ ਨੁਖਰਾਣੇ ਦੇ ਤੇ ਮੈਂ ਇਹਦੇ ਥੱਤੇ ਨਹੀਂ ਤੈਨੂੰ ਮੁੱਲ ਲੈਣੇ ਪੈਂਦੇ ਤੈਨੂੰ ਜੇਬ 'ਚ ਪੈਸੇ ਦੇ ਕੇ ਤੇ ਮੁੱਲ ਲੈਣੇ ਪੈਂਦੇ ਉਹ ਮੇਰਾ ਸਰਦਾਰ ਹੈ ਜਿਸਨੇ ਥੱਤੇ ਨਾ ਥਾ ਪੀ ਜਾਂਦੀਆਂ ਤੈਨੂੰ ਕਿਸ ਕਾਂ ਰੱਖਿਓ ਤੈਨੂੰ ਮੈਂ ਕਿਸ ਕਾਂ ਰੱਖਿਓ ਇੱਥੇ ਪੱਠਿਆਂ ਥਾਣ ਤੇ ਮੋੜੋ ਜਿਤਨਾ ਖਾਵੇਂ ਤੈਨੂੰ ਇਸ ਗੱਲ ਨਾਲ ਕੀ ਹੈ ਅੱਗ ਖਲੱਤਾ ਖਲੱਤਾ ਹੈ मेरे पैसे पूरे कर जेड़े लाए उठी में उठी में ते निकल तू मैं तेन हलाल कर मैंने चल जा पैसे कहा दे अपने जे लाए हो नी ओ जिस बंदे मैंने छड़या ना ओ दे थोलु लाए लगे तेरा ना तेरा ही दिल करता है ही दिल करता है तेरा गट्टा ही ला है ना रात में शादी क्यों ना गया था मैं जुलक क्या सलाम क्यों ना दे रहा मैं अपने काम दे रहा हूँ हाय अपने काम दे रहा रात दा अवेले के काम बात है ओ सर ना दा सुंदी पया ओ दे इंतजार ते बैठा हूं पर सुराती भी ते मैं सलाम दिता तो ना जवाब दिता खा बेच ही मेनू सलाम नो देंदा मेनू तू खा बेच ते करे ते सलाम नो देंदा मेरा दिल नहीं कर अच्छा चीज भाई थकावट चढ़ती पी मार मार नहीं नहीं का मैं बाहर सही कावट चढ़ती पी ना अरे बाहर दिल करे नहीं तेरा दिल करे पे उसी भैया मैं मार नहीं मार बस लै गई कावट हूँ तो मैं जावा हूँ हूँ ना हूँ ठीक है ठीक है कंजारा शुक्र भैन तो बचा ली इन चार चाटा भी चल के आयो मेरी मुश्की घोड़ी पता नहीं वो कुत्ता किधर निकलो है लम्मा तेरे पीछे ना किसे ना खाते दा बगले दिया मुच्छा ना उसनों आख्या ओ जाने जान करदा पट्ठे दो हर जान करदा ते तेरे पिछे एक तेरे पिछे सिमरो तेरे पिछे आख्या ओ जाने खैर सल्ला ओनू हटाया है ना सरकार तैनू तो मैं मार सकदा छड़ नहीं सकदा कल किते तू जांदी आ जिस मैं इशारा कीता हैं बोली पाओ सरकार ओ कपड़े हुए हो सूट आई दो ले लवी कपड़े तो कपड़े ही होई कपड़े ये दस्तर की तो चले है ना ओ डाग लाए और अब घर चलो तू चले वो की है आइन मार आइन कुट 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 इन कुट फोर कुट अरे बस करो वो की हो वो ओ कंजारा उधर की मैं थे मैं सिमरो भैन है लाया हम ओनु ईद दे में आया भैन आया हैं ते तू चले लथियोड़ा अरे तेरी बाग छड़ी तू मोड़ छड़े मगर है क्यों भाई ए लखिया मु मैं के पूछ रहा कि से शायद रोड तो नहीं मेरी सुन गल जिम्मेदार है तो उदे हां तेरे क्यारे चार हैं तो उदे हां जी हां जी अगर तू ऐ मेरे घर अल मुंह की तो ना ओ मेरी पत्ता बांध छ सा मैं ए याद रखी अच्छा मैं क्यों आवना अल्लाह माफ दे तो अपना घर
ਮੁੱਠੀ ਪਿਆ ਬਰੇ ਨਾ ਸਿਮਰੋ ਨਹੀਂ ਨਹੀਂ ਇਹ ਪਿੱਛੇ ਬਰਦਾਸ਼ਤ ਮੇਰੀ ਬਹਿਣ ਵਰਜਾਈ ਹੈ ਬਹਿਣ ਵਰਜਾਈ ਹੈ ਤੇਰੀ ਬਹਿਣ ਹੋ ਗਈ ਨਹੀਂ ਵਰਜਾਈ ਹੈ ਖਬਰਦਾਰ ਉਸ ਬਾਦ ਦੇ ਲੱਗੇ ਹੋਤਾ ਇਹ ਜ਼ਿਮੀਦਾਰ ਦੀ ਤੇ ਲੱਤਾ ਬਣੀਆ ਪਈ ਹੋਵੇ ਮੈਂ ਕੁੱਤੇ ਦੀ ਲੱਕ ਤੇ ਲਗਾਈ ਸਾ ਤੂੰ ਆਪਣੀ ਲੱਕ ਬਣਾਈ ਹੋਈ ਹੈ ਮੈਂ ਨਹੀਂ ਹੋਰ ਤੇਰੀ ਲੱਕ ਲੈਦਾ ਪਈ ਹੈ ਚਲੋ ਠੀਕ ਹੋ ਰਿਹਾ ਮੈਂ ਕੁੱਤਾ ਰੱਖਿਆ ਹੋਇਆ ਸ਼ਰੀਕ ਹੈ ਤੇ ਬਿਸ ਦਿਕਰੇ ਸਨ ਕਿਸੇ ਨੂੰ ਪਤਾ ਲੱਗ ਗਿਆ ਕਮੀਆਂ ਕੋ ਨਿਕਲ ਚੱਲ ਮੈਂ ਦੰਤਾ ਬਸ ਸਿਫਤ ਨਹੀਂ ਤਾਂ ਅਗਾ ਤੋ ਇੱਥੇ ਆਵੀਂ ਚੋਣ ਚਾਸ ਬਣੀ ਹੋਈ ਆ ਨੂਰੋ ਆਉਂਦੀ ਆ ਝਟ ਗੱਪ ਛਪ ਲੈਂਦਾ ਆ ਉਬਾਲ ਦੇ ਮੱਥੇ ਲੱਗੀ ਏ ਤੇ ਭਾਏ ਕਿ ਐਂ ਨੂਰੋ ਦੀ ਐਂ ਸ਼ਕਲ ਵੇਖਣ ਤੂੰ ਹੀ ਮੈਂ ਤਾਂ ਗਿਆ ਵੇੜ ਭੰਦਾ ਹੈ ਕੀ ਹੈ ਇਹ ਤਾਂ ਕੀ ਕਰ ਛੜਿਆ ਕੀ ਹੋ ਗਿਆ ਸਿਮਰਨ ਨੂੰ ਮੈਂ ਘਲਿਆ ਹੀ ਕਪੜੇ ਧੋਣ ਵਾਸਤੇ ਮੋਟਰ ਤੇ ਜਿਹੜਾ ਉੱਥੇ ਅਣਭੰਦ ਜੀ ਰੱਖਿਆ ਹੋਇਆ ਆ ਕਮਲੂ ਜੀ ਆ ਅਗੁੰਗਾ ਉਸਤੇ ਆਣ ਤੋਂ ਚਾਰ ਕੱਢੀ ਮੇਰੇ ਤੇ ਸਾਨ ਵੱਟਾ ਚਾ ਕੇ ਮਾਰਾ ਲੱਗਾ ਸੀ ਤੇ ਬਾਜ ਵਗਿਓ ਸੀ ਪਹਿਲੇ ਇੱਕ ਲੋ ਪਹਿਲੇ ਦੀ ਚਬੇਸਤੀ ਕੀਤੀ ਸੀ ਹੁਣ ਮੈਂ ਉੱਤੋਂ ਗਈ ਮੇਰੀ ਚਬੇਸਤੀ ਕੀਤੀ ਸੀ ਪਹਿਲੇ ਤਾਂ ਤੂੰ ਮੈਨੇ ਦੱਸੋ ਵੀ ਮੈਂ ਤੇਰਾ ਘਰ ਵਾਲਾ ਜਾਂ ਮੈਂ ਤੇਰਾ ਰੋਕ ਆ ਜੇ ਸੈਲਫ ਅੰਨੀ ਇਹ ਵਾੜ ਕੇ ਪਾਇਆ ਜਾਂ ਨਹੀਂ ਜੇ ਸੈਲਫ ਅੰਨੀ ਵਾੜ ਕੇ ਪਾਇਆ ਜਾਂ ਨਹੀਂ ਤੇ ਤੂੰ ਹਰ ਪੈਸ ਵਢੀਵਣ ਵਾਲੀਆਂ ਨਾ ਕੀਤੀ ਹੈ ਕਰ ਹਲਕੀ ਤੈਨੂੰ ਹੋਈ ਹੋਈ ਕੋ ਘਰ ਵਾਲੇ ਦੀ ਇੱਜ਼ਤ ਵੀ ਹੁੰਦੀ ਹੈ ਚੰਗਾ ਭਲਾ ਜ਼ਿੰਮੇਦਾਰ ਆ ਮੈਂ ਜ਼ਿੰਮੇਦਾਰ ਤੇ ਉਹ ਰੋਕ ਜੋ ਮੈਂ ਰੱਖਿਆ ਹੋਇਆ ਹੈ ਉਹਨੂੰ ਮੈਂ ਸਮਝਾਇਆ ਹੋਇਆ ਹੈ ਬਈ ਤੇ ਮੋਟਰ ਤੇ ਨਾ ਸਮਝਾ ਸਕਦਾ ਵੀ ਮੇਰੀ ਘਰ ਦੀ ਹੈ ਉਹਨੂੰ ਮੈਂ ਹੀ ਕੋਈ ਨਹੀਂ ਸਾਈਨ ਰੋਚਾ ਕੀਤਾ ਮੈਂ ਕਿ ਇੱਥੇ ਮੋਟਰ ਤੇ ਜਿਹੜੀ ਵੀ ਆਵੀ ਨਾ ਉਹਨੂੰ ਇਥੋਂ ਬਜਾ ਛੱਡੀ ਪਤਾ ਹੀ ਕਿੰਨੀ ਵਾਰੀ ਮੋਟਰ ਸੜੀ ਖਲੋਤੀ ਹੈ ਵੈਂਡਿੰਗ ਕਰਾਈਏ ਸਾਰਾ ਪਾਣੀ ਬਾਹਰ ਵਗਾਈ ਰੱਖਦੀਆਂ ਤੂੰ ਉੱਥੋਂ ਅਗਾ ਥੱਲੇ ਪੰਦਾ ਰਾਂਦਾ ਗੱਲ ਸੁਣ ਲੈ ਮੇਰੀ ਯਾ ਇਹ ਰਸੀ ਰੋਕ ਜਿਹੜਾ ਰੱਖਿਆ ਹੋਇਆ ਯਾ ਮੈਨੂੰ ਰੱਖੀ ਠੀਕ ਹੈ ਨਾ ਤੇ ਉਹ ਪਾਣੀ ਕੱਪੜੇ ਉਹ ਧੋ ਲੈ ਓਏ ਰਾਵੇਂ ਨਾ ਔਰ ਗੱਲ ਸੁਣ ਮੈਂ ਸਵਾਣੀ ਮਰੋਦਾ ਹੈ ਉਹਦੀ ਦੋਸਤ ਹੈ ਹੁਣ ਇਹਨਾਂ ਨਾਲ ਨਾ ਕੇ ਚੱਲ ਲਗਾ ਘਰ ਹੁਣ ਤਾਂ ਤੂੰ ਦੋਵੇਂ ਕੱਪੜੇ ਤੇ ਤੇਰਾ ਜਾਂ ਰੋਕ ਰੱਖੇ ਇਹ ਦੋਸਤ ਮੈਂ ਨਹੀਂ ਕਹਿਣਾ ਦਾਦਾ ਅੱਗੇ ਜੇ ਹੋਣ ਉੱਤੇ ਗਏ ਤੇ ਵੀਡੀਓ ਬਣਾਈ ਸਾ ਤੇ ਕੱਪੜੇ ਧੋਣ ਦੀ ਵੀਡੀਓ ਬਣ ਸਾ ਰਾਮ ਨੂੰ ਦੇ ਨਾਲ ਕੀ ਰੋਲਾ ਉਹਨੂੰ ਇਤਨੀ ਸਮਝ ਆਇਆ ਸੀ ਮੇਰੀ ਭੈਣ ਨੂੰ ਚਾਹ ਕੇ ਇੰਟ ਸਹਿਰ ਸਾਡੇ ਵਗੈਂਦਾ ਪਿਆ ਆਈ ਮਾਰੀ ਤਾਂ ਕਾਈ ਨਹੀਂ ਸੁਣਾ ਮਾਰੀ ਤਾਂ ਕਾਈ ਨਹੀਂ ਆਵਾਂ ਤਾਂ ਨੂੰ ਤਾਂ ਵਗ ਜਾਵਾਂ ਕਿ ਮਰੀ ਤਾਂ ਕਾਈ ਨਹੀਂ ਆਈ ਨਾ ਕਾਸ਼ ਇਹ ਨਹੀਂ ਆਵੇ ਕਦੀ ਹੋਰ ਬਾਜਾ ਜੋ ਚਾਹਨਾ ਆਵੇ ਕਿ ਅਗਾ ਘਰ ਬਾਜਾ ਮੈਂ ਪਾਣੀ ਲਾਈ ਵਧਾ ਦੂਵੇ ਥਾਰ ਨਾਲ ਰਲਿਆ ਵਧਾ ਕੱਪੜੇ ਵੀ ਉਹ ਪਾਈ ਵਧੀਏ ਬਾਈ ਸੋਹਣੀ ਤਾਂ ਲੱਗਦੀ ਵਧੀਆ ਓਏ ਅੱਧਾ ਭਿਆਨਾ ਹੀ ਜਾ ਜਾ ਹਾਲ ਹੁਣ ਤੇਰੀ ਬਾਤ ਤਰ੍ਹਾਂ ਤੇ ਕਿਵੇਂ ਜਾਵਾਂ ਸਦੀ ਉਹ ਰਾਮੀ ਆ ਜਾ ਕਿਵੇਂ ਪਤਾ ਇੱਥੇ ਕਿਵੇਂ ਪਤਾ ਹੈ ਕਿਵੇਂ ਪਤਾ ਇੱਥੇ ਮੈਂ ਆਪਣਾ ਦਾਤਰੀ ਠੁੱਟਦਾ ਮੈਨੂੰ ਮੇਰੇ ਕਿਆਰਿਆਂ ਤੇਰੀ ਦਾਤਰੀ ਕਿਤੇ ਆ ਗਈ ਆਹੋ ਪੱਠੇ ਵੜਦਾ ਪਿਆ ਮੂੰ ਤੇ ਉਹ ਤੂੰ ਸਹੀ ਓੜ ਲੱਜਿਆ ਤੇ ਸਹੀ ਓੜ ਦੇ ਬਕਵਾਸ ਬੰਦ ਕਰ ਖਾ ਜੇ ਸੱਤੇ ਨੂੰ ਮੈਂ ਮਾਰਿਆ ਤੇ ਆਖਿਆ ਦਫਾ ਹੋ ਜਾ ਉਸ ਵੇਲੇ ਗਾਲੀ ਕੱਢੀਆਂ ਨੀ ਨਾ ਵੇਲੇ ਚ ਗਾਲੀ ਕੱਢੀਆਂ ਨੀ ਨਾ ਮੈਨੂੰ ਪਤਾ ਨੀ ਮੈਨੂੰ ਤਾਂ ਥੋੜੀ ਨੀ ਯਾਰ ਤੈਨੂੰ ਭਲਾ ਨਹੀਂ ਵੀ ਪਤਾ ਹੈ ਤੈਨੂੰ ਭਲਾ ਨਹੀਂ ਵੀ ਪਤਾ ਮੈਂ ਸਹੀ ਸਹੀ ਦੱਸ ਮੈਨੂੰ ਕੱਢੀਆਂ ਨੀ ਨਾ ਗਾਲੀ ਕਿਉਂ ਕੱਢੀਆਂ ਨੀ ਕਿਉਂ ਕੱਢੀਆਂ ਨੀ ਮੇਰੇ ਪੈਸੇ ਦੇ ਬਣਿਆ ਨੀ ਨਾ ਤੋ ਦੇ ਨਹੀਂ ਛੱਡੇ ਉਸ ਮੇਰੇ ਬੇਲੀ ਕਿਸੋ ਉਸ ਤਾਂ ਦੇ ਸੱਟੇ ਉਦਾਂ ਤਾਂ ਕੋਈ ਨਾ ਨੀ ਨਾ ਦਿੱਤੇ ਜਦਾਂ ਮੈਂ ਤੈਨੂੰ ਮਾਰਿਆ ਗਾਲੀ ਕੱਢੀਆਂ ਨੀ ਨਾ ਦੇ ਲੈ ਹੈ ਅੱਛਾ ਇਹ ਦੱਸੋ ਪਰਸੋਂ ਰਾਤੀ ਰਾਤ 1 ਵਜੇ ਦਾ ਟਾਈਮ ਹੈ ਮੈਂ ਲੱਗਿਆ ਮੈਂ ਲਾਨਤ ਕਰਕੇ ਕਿਉਂ ਨਸਿਆ ਤੂੰ ਸਿੱਧੇ ਲੱਦਿਆਂ ਤਾਂ ਮੈਂ ਸਿੱਧਿਆਂ ਲਾਨਤ ਗੱਤੀ ਆਈ ਮੈਨੂੰ ਉਹ ਮਾਚਾ ਇਹਨੇ ਥੱਤੀ
ਬਕਵਾਸ ਕਰਦਾ ਅਗੋ ਗੱਤੀ ਆਈ ਕਿ ਕੋਈ ਨਾ ਤਿੱਥੇ ਆ ਲੰਬਰਾਂ ਤੇ ਖੂਹ ਤੇ ਮੈਂ ਇਹੀ ਪਰੋਂ ਸਕੂਟਰ ਤੇ ਆ ਤੂੰ ਘੁੰਮਦਾ ਪਿਆ ਤੂੰ ਲੈਖ ਦੀ ਬਈ ਤੂੰ ਮਰੇ ਜੇ ਮੈਂ ਸੂੜ ਮਰੇ ਖਾ ਬਈ ਤੂੰ ਮੈਨੂੰ ਲਾਨਤ ਗੱਤੀ ਤੂੰ ਮੈਨੂੰ ਖਾ ਵਿੱਚ ਲਾਨਤ ਗੱਤੀ ਮੇਰੀ ਉਸ ਤੋਂ ਪਿੱਛੇ ਅੱਖ ਖੋਲ ਗਈ ਤੇ ਮੈਂ ਨੀਂਦ ਨਹੀਂ ਆਈ ਪਿੱਛੇ ਖਾ ਵਿੱਚ ਟਕਰੇ ਤੇ ਤੂੰ ਮੈਨੂੰ ਟਕਰੇ ਹੀ ਨਾ ਖਾ ਵਿੱਚ ਬੇਗਰਤਾ ਨਾ ਹੋਵੇ ਤਾਂ ਕਿਹਨੂੰ ਦੱਸਾਂ ਮੇਰੀ ਬਹਿਣ ਨੂੰ ਇਹ ਛੇੜਦਾ ਹੈ चौथी पंजवी बार जिथे टटर मरेंदा तदी था बई तू मेनू दाली तड़िया तदी आंदा था बई तू मेरे नाल आए तीती नजर एडिया गंदिया तरीन है फिर मैं की दसा उस मैं गल करन लगे अमदा पेशर हूं उस मेरी समानी ते आख रख ले अगले दे मेरे हाथ में ही रची तेरी समानी उस तरह महीने रची है अहीं दी दाल दस मोड़ो डरे च का गल रहन दीती का ते ओ ता दसे मोड़ो ओ ना अगले दे मेरे घर तोड़ जा निकलया मैं सुत्ता पया हुंदा मुट्ठी भरण लग गया सिमरो मैं तेरे पिछे नटाया है मैं तेरे नाल प्यार करदा मूं तू मेरी जान है तेन मसूट मैं तलाब के ते वड्या ते तो मैनू क्यों नहीं दसया मैं पता की है चोर मैं ना ਕਾਜੀ ਕਾਜੀ ਵਦਾ ਆਪਣਾ ਓਈ ਹੋ ਜੇ ਲਾਈਨ ਨੂੰ ਤਾਂ ਮੁਕਾਲਾ ਕਰਕੇ ਖੋਤੀ ਤੇ ਬਾਉਣਾ ਚਾਹੀਦਾ ਮੇਰੇ ਨਾਲ ਚੱਲ ਹੁੰਦਾ ਜੀ ਰੱਬ ਵਾਲੇ ਮੁਕਾਲਾ ਹੋਇਆ ਮੈਂ ਹੁੰਦੇ ਨਾ ਮੋਕ ਲੈਣਾ ਗੱਲ ਸੁਣੋ ਇਹ ਸਾਰਾ ਮਟਰ ਚੁਗਾ ਤੇ ਕਨਾਲ ਜਿਹੜੀ ਹੈ ਉਹ ਪਰਲੀ ਸਾਈਡ ਵਾਲੂ ਵਾਲ ਖਲੋਤਾ ਉਹ ਰਾਣ ਦੇ ਵੀ ਜੋ 20 ਕਾਂਡਾ ਕਲੀ ਸਾਹਿਬ ਔਰ ਪਤਾ ਤਾਂ ਇਹ 50 ਹਜ਼ਾਰ 40 ਹਜ਼ਾਰ ਤੋਂ ਕਿੱਲੇ ਦਾ ਵੀ ਲੱਭਦਾ ਹੈ ਠੀਕ ਹੋ ਗਿਆ ਆ ਦਵਾਈ ਲਾ ਕੇ ਨਾ ਤੇ ਉਹ ਪਕਾ ਲਈ ਸਾਹਿਬ ਇਹ ਚੁਗਾ ਕੇ ਤੇ ਡਾਲੇ ਤੇ ਲਦਾ ਛੱਡਾ ਹਾਂ ਡਾਲ ਆ ਜਾ ਸੀ ਹੁੰਡਾਈ ਵਾਲੇ ਨਾਲ ਗੱਲ ਹੋਈ ਹੋਈ ਔਰ ਬਾਜਿਆ ਮੋਕ ਲੈਣੇ ਆ खैरी हाँ कह दिया बाजे दे दस बई जिमीदार जो हों ना ओ अपने भौं ते अपनी गल्लां नाल संजापदा ओही तो भौवे तो पता नहीं की संजाप हुंदी ओदी भौं ते गल्लां नाल तू मैनूं इह दस बड़ा क्यों मिला दी इज्जतां दे बारे गलत सोचदा है ते गलत करेंदा मां के दी इज्जत दे मगर लगो अला ओ ते बाद दे गल्लां करसां गा ओ साई निरोचे हो जा संगे इस गरीब ते की लाणे केड़ा आए तल्लू ते आए नहीं खलोता दिसदा कोई नूं पिया क्यों तेंदी सुनी बंद हो गया इस की जुर्म किया है बई इन घट जुटना है मारे नो इन को गलती केड़ी हुई है यार है कमे उड़िया ने सारी गल नहीं करी दिया तेन तो मैं कर सकता ते कार मोड़ की गल है मिठा बो ये मेरी बहन नाल फिट गया तेरी बहन नाल फिट गया हाँ अजे सर रखी रखिया इस तो महीने डेढ़ महीने च रंग भी खा सटिया ਉਹਨੂੰ ਵੀ ਘਰ ਆਰਾਮ ਨਾਲ ਆਈ ਉਹ ਥਾਪੀਆਂ ਵੀ ਥਪੀ ਨਹੀਂ ਯਾਰ
थापियां परतिंदियां पईयां, थापियां लई आंदियां, बोचा मेरे आई आमू लकड़ी लेने आई आम, हुण मैं लोन रखण आई आ गाय। भैड़ी गल है यार, मैं तो इस गल का पता ही कोई ना। तैं दस नहीं सटी गल उंज मारा ना, बदनामी हो जावनी आ बहन दी। बंदे आखना भी लगे इज्जत बचाई नाले की आखना ना, कमी कमूड़ा आई सुन दे कोई कत्ता नु कान नु दे। मैं नु सदे ना कान छिक के नु मैं बड़ा और आवे ना तू मैनु ए दस करंट लग दे यार खलो पिछ बोर्ड है। तू मैनु ए दस जदों तू इंदे को रंदा कोई नु इंदे वाड़ वाड़ कोई नु ओ केड़ी नाई ते रंदा है ते तू मोड़े इंदे खा बेचमदा क्यों है। थे ए जेड़ा मैनू ने तो सत्या मारी थला था बेचा हुआ थे। ए था बेड़ा बुझे था समय ना ते ना थे था बेच मैं आवा।